ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਵਿਰਸਾ ਸਿੰਘ ਵਲਟੋਹਾ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦੀ ਜਾ ਰਹੀ ਹੈ ਤੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਉਣਾ ਕਿ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਹਦੇ ਚੱਲਦੇ ਉਹਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ ਦੇ ਉੱਤੇ ਕਈ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਇਹ ਚੋਣਾਂ ਤੋਂ ਪਹਿਲਾਂ ਜ਼ੋਰ ਲਗਾ ਰਹੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਤੁਸੀਂ ਇਕੱਠੇ ਹੋਵੇ, ਆਪਾਂ ਭਾਜਪਾ ਨਾਲ ਰਲ ਕੇ ਚੋਣਾਂ ਲੜਦੇ ਹਾਂ, ਜੇਕਰ ਅਜਿਹਾ ਹੋ ਜਾਂਦਾ ਤਾਂ ਭਾਜਪਾ ਅਕਾਲੀ ਦਲ ਨੂੰ ਖਤਮ ਕਰ ਦਿੰਦੀ। ਸੋ ਵਲਟੋਆ ਸਾਹਿਬ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਖੜਾ ਹੋ ਗਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਕਿਵੇਂ ਦੇਖਦੇ ਹੋ ਸਾਰੀ ਗੱਲਾਂ ਨੂੰ ਲੈ ਕੇ? ਜੀ, ਕੋਈ ਇਕਲੌਤੀ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ, ਜਿਹਦੇ ਚ ਉਤਰਾਅ ਚੜਾਏ ਨੇ ਬਹੁਤ ਸਾਰੀਆਂ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਸਮੇਂ ਸਮੇਂ ਤੇ ਉਤਰਾਅ ਚੜਾਉਂਦੇ ਰਹੇ ਨੇ। ਪਰ ਹਮਦਰਦ ਜਾਂ ਸੰਜੀਦਾ ਜਾਂ ਵਫ਼ਾਦਾਰ ਆਗੂ ਉਹੀ ਹੁੰਦੇ ਨੇ ਜਿਹੜੇ ਜਦੋਂ ਅਜਿਹੇ ਹਾਲਾਤ ਪੈਦਾ ਹੁੰਦੇ ਨੇ ਤੇ ਉਦੋਂ ਇਕਜੁੱਟ ਹੋ ਕੇ ਜਿਹੜੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੇ ਨੇ ਜੀ। ਤੇ ਹੁਣ ਸੱਜਣਾ ਦੇ ਵਿੱਚ ਜਿਹੜੀ ਇੱਕੋ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਜਸੀ ਸ਼ਕਤੀ ਦਾ ਹਿੱਸੇਦਾਰ ਬਣਿਆ ਜਾਵੇ, ਭਾਵੇਂ ਸਿਧਾਂਤ ਵੀ ਛੱਡਣੇ ਪੈ ਜਾਣ, ਬੇਅਸੂਲੀ ਵੀ ਕਰਨੀ ਪੈ ਜੇ, ਤੇ ਫਿਰ ਉੱਥੇ ਤੇ ਹੋਰ ਤੇ ਕੋਈ ਕੁਛ ਕਰ ਨਹੀਂ ਸਕਦਾ। ਉਹ ਤੇ ਫਿਰ ਜੋ ਕਰਦੇ ਨੇ, ਪਰ ਫਿਰ ਵੀ ਪਾਰਟੀ ਨੇ ਉਹਨਾਂ ਨੂੰ ਸੱਦਾ ਦਿੱਤਾ ਹੈ ਕਿ ਭਾਈ ਇਹਨਾਂ ਗੱਲਾਂ 'ਚ ਕੁਛ ਨਹੀਂ ਰੱਖਿਆ, ਹਾਂਜੀ, ਨਾ ਕਿਸੇ ਨੇ ਕੁਝ ਪਿੱਛੇ ਖੱਟਿਆ, ਜਿਹਨਾਂ ਜਿਹਨਾਂ ਨੇ ਅਜਿਹੇ ਕਦਮ ਚੁੱਕੇ ਨੇ ਜਾਂ ਕਿਸੇ ਦੇ ਕਹਿਣ ਤੇ ਚੁੱਕੇ ਨੇ, ਉਹ ਸਾਰਾ ਕੁਛ ਇਤਿਹਾਸ ਦਾ ਹਿੱਸਾ ਹੈ। ਤੇ ਪਾਰਟੀ ਦੇ ਵਿੱਚ ਆਓ, ਪਾਰਟੀ ਦੇ ਵਿੱਚ ਆ ਕੇ ਗੱਲ ਕਰੋ, ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰੋ। ਪਰ ਹੁਣ ਕਈ ਵਾਰ ਕਦਮ ਹੀ ਅਜਿਹੇ ਚੁੱਕੇ ਜਾਂਦੇ ਹੈ ਕਿ ਬੰਦਾ ਆਉਣ ਲੱਗਿਆਂ ਵੀ ਸ਼ਰਮ ਮਹਿਸੂਸ ਕਰਦਾ ਹੈ, ਤੇ ਜਾਂ ਇਹ ਵੀ ਹੈ ਕਿ ਜਿਹੜੇ ਪਿੱਛੋਂ ਚਲਾਉਣ ਵਾਲੇ ਹੁੰਦੇ ਆ ਕਿ ਚਾਬੀ ਅਜਿਹੀ ਭਰੀ ਹੁੰਦੀ ਹੈ ਜੀ, ਚਾਬੀ ਖਤਮ ਹੋਊਗੀ ਤਦ ਪਤਾ ਲੱਗੂਗਾ ਕਿ ਮੇਰੀ ਅਸਲੀਅਤ ਕੀ ਹੈ। ਤੇ ਉਹ ਫਿਰ ਅਜੇ ਚਾਬੀ ਚੱਲਣ ਡਈ ਹੈ, ਤੇ ਚਾਬੀ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਉਹਨਾਂ ਨੇ ਵੱਖ ਵੱਖ ਸੂਬਿਆਂ ਦੇ ਵਿੱਚ ਵੱਖ ਵੱਖ ਖੇਤਰੀ ਪਾਰਟੀਆਂ ਨੂੰ ਇੱਕ ਤਰ੍ਹਾਂ ਕਹਿ ਲਈਏ ਕਿ ਖਤਮ ਕੀਤਾ ਕਹਿ ਲਈਏ ਜਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਹਿ ਲਈਏ, ਜਾਂ ਕਾਫੀ ਵੱਡੀ ਪੱਧਰ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਕਹਿ ਲਈਏ, ਉਹ ਇਤਿਹਾਸ ਸਾਰਿਆਂ ਦੇ ਸਾਹਮਣੇ ਹੈ ਜੀ। ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅੱਜ ਤੋਂ ਹੀ ਨਹੀਂ, ਲਗਭਗ ਜਦੋਂ ਤੋਂ 2014 ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਸ਼ਕਤੀ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਕਿਸੇ ਨਾ ਕਿਸੇ ਰੂਪ 'ਚ ਇਹਨਾਂ ਨੇ ਪਾਰਟੀ ਦੇ ਅੱਗੇ ਖੜਨ ਦੀ ਕੋਸ਼ਿਸ਼ ਕੀਤੀ ਹੈ, ਪਾਰਟੀ ਦੇ ਅੱਗੇ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਕੁਛ ਸਮਾਂ ਨਿਭਾਇਆ ਵੀ ਉਹਦੇ ਬਾਵਜੂਦ ਵੀ, ਪਰ ਅਖੀਰ ਛੱਡ ਕੇ ਆ ਗਏ ਸੀ ਬਾਹਰ। ਹੁਣ ਵੀ ਕਿਉਂਕਿ 17 ਦੀਆਂ ਚੋਣਾਂ ਨੇ, ਚਾਹੇ ਉਸ ਤੋਂ ਹੁਣ ਖਾਸ ਕਰਕੇ ਜਿਹੜੀਆਂ 22 ਦੀਆਂ ਚੋਣਾਂ ਨੇ, ਇਹਦੇ ਵਿੱਚ ਕਈ ਸੱਜਣ ਚਾਹੁੰਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਲੜੀਆਂ ਜਾਣ ਜੀ, ਔਰ ਉਸ ਤੋਂ ਬਾਅਦ ਖਾਸ ਕਰਕੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਆ ਜਿਹੜੀਆਂ ਲੰਘੀਆਂ ਨੇ ਹੁਣ ਜੀ, ਇਹਦੇ ਵਿੱਚ
ਜਿਹੜੇ ਆ ਉਹ ਤੇ ਮੇਰਾ ਕਹਿਣਾ ਕਿ ਤਾਜ਼ੀ ਤਾਜ਼ੀ ਗੱਲ ਤਾਂ ਸਾਰਿਆਂ ਨੂੰ ਯਾਦ ਹੈ, ਕਿਤੇ ਚੰਦੂ ਮਾਜਰਾ ਸਾਹਿਬ ਹੋਣ ਚਾਹੇ ਮਲੂਕਾ ਸਾਹਿਬ ਹੋਣ ਚਾਹੇ ਰੱਖੜਾ ਸਾਹਿਬ ਹੋਣ ਚਾਹੇ ਲਗਭਗ ਹੋਰ ਜਿੰਨੇ ਕੁ ਸਾਹਿਬ ਨੇ, ਔਰ ਈਵਨ ਕਿ ਢੀਂਸਾ ਸਾਹਿਬ ਤੇ ਆਈ ਇੱਕ ਤਰ੍ਹਾਂ ਬੀਜੇਪੀ ਚੋਂ ਸੀਗੇ ਵਾਪਸ, ਉਹ ਸਾਰਿਆਂ ਦੀ ਦਿਲੀ ਇੱਛਾ ਸੀਗੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰ ਲਿਆ ਜਾਵੇ। ਗੱਠਜੋੜ ਲਈ ਤੇ ਅਰੇ ਆਵਾਜ਼ਾਂ ਮਾਰਦੇ ਸੀ, ਪਰ ਗੱਠਜੋੜ ਜਿਹੜਾ ਆ ਉਹ ਜਿੰਨਾ ਚਿਰ ਤੁਹਾਡੇ ਜਿਹੜੇ ਮਸਲੇ ਨੇ ਖਾਸ ਕਰਕੇ ਬੰਦੀ ਸਿੱਖਾਂ ਦਾ ਵੀ ਹੱਲ ਨਹੀਂ ਤੁਸੀਂ ਕਰਵਾ ਸਕਦੇ, ਤੇ ਉਹਦੇ ਬਾਵਜੂਦ ਵੀ ਜੇ ਤੁਸੀਂ ਕਰਦੇ ਜੇ, ਇਸ ਤੋਂ ਇਲਾਵਾ ਕਿਸਾਨੀ ਦੇ ਮਸਲੇ ਨੇ ਜਾਂ ਪੰਥ ਦੇ ਜਿਹੜੇ ਮਸਲੇ ਨੇ, ਹਰਿਆਣਾ ਕਮੇਟੀ ਦਾ ਆ, ਦਿੱਲੀ ਕਮੇਟੀ ਦਾ ਆ, ਹਜ਼ੂਰ ਸਾਹਿਬ ਦਾ ਆ, ਪਟਨਾ ਸਾਹਿਬ ਦਾ ਆ, ਜਿਹੜੇ ਅਜੇ ਹੋਰ ਕਈ ਜਿਹੜੇ ਮਸਲੇ ਨੇ ਜਿਹੜੇ ਸਰਕਾਰ ਨਾਲ ਸਿੱਧੇ ਰੂਪ ਚ ਸੰਬੰਧਿਤ ਨੇ, ਤੇ ਜਿੰਨਾ ਚਿਰ ਉਹ ਵੀ ਘੱਟੋ ਘੱਟ ਹੱਲ ਹੁੰਦੇ ਤੇ ਉਹਨਾਂ ਚਿਰ ਅੱਗੇ ਵਧਣਾ ਜਿਹੜਾ ਬੜਾ ਮਤਲਬ ਔਖਾ ਸੀਗਾ। ਤੇ ਇਸ ਕਰਕੇ ਜਿਹੜਾ ਆ ਪਾਰਟੀ ਨੇ ਅਖੀਰ ਆਪਣੀ ਸਿਧਾਂਤਕ ਲਕੀਰ ਖਿੱਚ ਕੇ ਤੇ ਸਾਡੇ ਹੱਥੇ ਪੰਥ ਤੇ ਪੰਜਾਬ ਤੇ ਆਹ ਸਾਡੇ ਮਸਲੇ ਸਭ ਤੋਂ ਪਹਿਲਾਂ ਜਿਹੜੇ ਹੈਗੇ ਨੇ ਜ਼ਰੂਰੀ ਨੇ, ਤੇ ਰਾਸੀ ਸੱਤਾ ਉਸ ਤੋਂ ਬਾਅਦ ਦੀ ਗੱਲ ਹੈ ਜਿਹੜਾ ਸਾਡੇ ਵੀ ਮਸਲੇ ਹੱਲ ਕਰਦਾ ਆ। ਤੇ ਠੀਕ ਹੈ ਕਿ ਅਸੀਂ ਅਗਲਾ ਕਦਮ ਪੁੱਟ ਸਕਦੇ ਹਾਂ, ਤੇ ਜੇ ਸਾਡੇ ਇਹਨਾਂ ਮਸਲਿਆਂ ਨੂੰ ਹੱਲ ਨਹੀਂ ਕਰਦਾ ਤੇ ਅਸੀਂ ਕਿਸੇ ਵੀ ਤਰ੍ਹਾਂ ਗੱਠਜੋੜ ਵਾਲੇ ਪਾਸੇ ਨਹੀਂ ਜਾਵਾਂਗੇ। ਚਲੋ ਸੱਜਣਾਂ ਨੇ ਫਿਰ ਵੀ ਕਈਆਂ ਨੇ ਕੋਸ਼ਿਸ਼ ਕੀਤੀ, ਜੀ ਚ ਰੱਖੜਾ ਸਾਹਿਬ ਵੀ ਨੇ, ਜੀ ਚ ਚੰਦੂ ਮਾਜਰਾ ਸਾਹਿਬ ਨੇ, ਜੀ ਚ ਮਲੂਕਾ ਸਾਹਿਬ ਵੀ ਨੇ, ਕਿ ਉਹ ਕਹਿੰਦੇ ਆ ਜੀ ਪਹਿਲੋਂ ਵੱਧੇ ਅੱਧੋ ਅੱਧ ਮੰਗਦੇ ਸੀਗੇ ਜੀ, ਹੁਣ ਉਹ ਕਹਿੰਦੇ ਕਿ ਸਾਨੂੰ ਇਕੱਠ ਦੇ ਦਿਓ। ਈਵਨ ਕਿ ਇੱਥੋਂ ਤੱਕ ਇਲੈਕਸ਼ਨ ਇੱਕ ਤਰ੍ਹਾਂ ਸਟਾਰਟ ਹੋ ਗਈ ਸੀ ਤੇ ਨੱਡਾ ਸਾਹਿਬ ਦਾ ਸਤ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸਿੱਧਾ ਡਾਇਰੈਕਟ ਫੋਨ ਵੀ ਆਉਂਦਾ ਕਿ ਦੱਸੋ ਜੀ ਹੁਣੇ ਕੁਛ ਕਰ ਲਈਏ, ਕਿਉਂਕਿ ਉਹਨਾਂ ਨੇ ਮਹਿਸੂਸ ਕਰ ਲਿਆ ਕਿ ਸਾਡੇ ਵਾਸਤੇ ਹੁਣ ਇਕੱਲੀ ਇਕੱਲੀ ਸੀਟ ਜ਼ਰੂਰੀ, ਜਿਹੜੇ 400 ਪਾਰ ਤੋਂ ਖੜੋਤੇ ਸੀਗੇ ਤੇ ਉਹ ਸੀਗਾ। ਤੇ ਬਾਕੀ ਇੱਧਰੋਂ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਸਾਨੂੰ ਵੀ ਸਾਰਿਆਂ ਨੂੰ ਇਹ ਦਿਸਦਾ ਸੀਗਾ ਕਿ ਅਕਾਲੀ ਦਲ ਦਾ ਤੇ ਚਲੋ ਅਸੀਂ ਬੜਾ ਅੰਦਾਜ਼ਾ ਲਾ ਕੇ ਬੈਠੇ ਸੀਗੇ ਘੱਟੋ ਘੱਟ 3 ਸੀਟਾਂ ਤੇ ਹੋਣਗੀਆਂ ਭਾਵੇਂ ਇੱਕ ਤੇ ਰਹਿ ਗਏ, ਤੇ ਪਰ ਜੇ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਲੜਦੇ ਹੈ ਤੇ ਇਹਦੇ ਤਿੰਨਾਂ ਦੇ ਲੜਨਗੇ, 3 ਦੀਆਂ 3 ਜਿੱਤਣਗੇ, ਜੇ 4 ਤੇ ਲੜਦੇ ਹੈ ਮੰਗਦੇ ਤੇ ਉਹ 6 ਹੈ ਜੀ, ਜੇ 6 ਚੋਂ ਘੱਟੋ ਘੱਟ ਵੀ 5 ਤੇ ਵੀ ਉਹਨਾਂ ਨਾਲ ਸਮਝੌਤਾ ਹੁੰਦਾ ਆ ਤੇ ਚਲੋ ਪਾਰਲੀਮੈਂਟ ਹੈ ਇੱਕ ਅੱਧੀ ਵੱਧ ਲੈ ਜੇ ਉਹਨਾਂ ਨੂੰ, ਤੇ ਉਹ 5 ਦੀਆਂ 5 ਹੀ ਉਹਨਾਂ ਨੇ ਜਿੱਤ ਜਾਣੀਆਂ ਸੀਗੀਆਂ, ਤੇ ਉਹਨਾਂ ਨੇ ਅਜੇ ਹੀ ਮਜ਼ਬੂਤ ਧਿਰ ਬਣ ਕੇ ਪੰਜਾਬ ਚ ਨਿਕਲਣਾ ਸੀ ਤੇ ਅਕਾਲੀ ਦਲ ਨੂੰ ਉਹਨਾਂ ਨੇ ਕਿਸੇ ਗਿਣਤੀ ਚ ਨਹੀਂ ਸੀ ਰੱਖਣਾ। ਤੇ ਦੂਜੀ ਗੱਲ ਹੈ ਕਿ ਹੁਣ ਜਦੋਂ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਜਿਹੜੀਆਂ ਸਾਡੀਆਂ 4-5-6 ਸੀਟਾਂ ਜਿਹੜੀਆਂ ਪੰਜਾਬ ਚੋਂ ਖਤਮ ਹੋਈਆਂ ਨੇ ਜਿਹੜੀਆਂ ਅਸੀਂ ਜਿੱਤ ਸਕਦੇ ਸੀ, ਤੇ ਉਹਦੇ ਚ ਅਰੋੜਾ ਸੁਖਬੀਰ ਸਿੰਘ ਬਾਦਲ ਬਣਿਆ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਬਣਿਆ ਹੈ, ਤੇ ਉਹਦਾ ਬਦਲਾ ਲੈਣ ਦੀ ਖਾਤਰ ਜਿਹੜਾ ਇਹਨਾਂ ਨੇ ਹੁਣ ਆ ਨਤੀਜੇ ਆਉਣ ਤੋਂ ਬਾਅਦ ਜਿਹੜਾ ਆ ਅਜਿਹਾ ਕਦਮ ਜਿਹੜਾ ਆ ਅਜਿਹੀ ਕੁਛ ਸੱਜਣਾਂ ਨੂੰ ਚੁੱਕ ਕੇ ਹਾਲਾਤ ਪੈਦਾ ਕੀਤੇ ਨੇ। ਹੁਣ ਤੁਸੀਂ ਦੇਖੋ ਚੰਦੂ ਮਾਜਰਾ ਸਾਹਿਬ ਤੇ ਰੱਖੜਾ ਸਾਹਿਬ ਜਿਨ੍ਹਾਂ ਦੀ ਕਦੀ ਧੁਰ ਤੋਂ ਕਦੀ ਬਣੀ ਨੀ, ਮਤਲਬ ਜੇ ਆਪਾਂ ਕਹਿ ਦਈਏ ਕਿ ਇੰਨੇ ਜ਼ਿਆਦਾ ਵਖਰੇਵੇ ਆ, ਇੰਨਾ ਜ਼ਿਆਦਾ ਉਹਨਾਂ ਦਾ ਆਪਸੀ ਵਿਰੋਧ ਹੈ ਕਿ ਮੇਰਾ ਕੱਲ ਕਦੀ ਉਹਨਾਂ ਨੇ ਇੱਕ ਦੂਜੇ ਨਾਲ ਫਤਿਹ ਵੀ ਸਾਂਝੀ ਨਹੀਂ ਸੀ ਕੀਤੀ, ਤੇ ਹੁਣ ਉਹ ਕਿਹੜੀ ਸ਼ਕਤੀ ਹੈ ਜਿਹਨਾਂ ਨੇ ਦੋਨਾਂ ਨੂੰ ਇਕੱਠਿਆਂ ਕਰ ਦਿੱਤਾ ਹੈ। ਹਾਂਜੀ ਜੀ, ਇਹਦੇ ਵਿੱਚ ਕੋਈ ਤਰ੍ਹਾਂ ਨੇਗੀਆਂ ਕਿ ਸਰਦਾਰ ਸੁਰਜੀਤ ਸਿੰਘ ਰੱਖੜਾ ਜਾਤੀ ਤੌਰ ਤੇ ਫੈਸਲਾ ਲੈ ਨਹੀਂ ਸਕਦੇ, ਉਹਨਾਂ ਦੇ ਭਾਈ ਸਾਹਿਬ ਨੇ ਸਰਦਰਸ਼ਨ ਸਿੰਘ ਰੱਖੜਾ ਜਿਹਨਾਂ ਦੀ ਮੋਦੀ ਸਾਹਿਬ ਦੇ ਨਾਲ ਬਹੁਤ ਵੱਡੀ ਸਾਂਝ ਹੈ,
ਤੇ ਚੰਦੂ ਮਾਜਰਾ ਸਾਹਿਬ ਦੀਆਂ ਆਪਦੀਆਂ ਖੁਦ ਦੀਆਂ ਸਿੱਧੀਆਂ ਧਾਰਾਂ ਜੁੜੀਆਂ ਹੋਈਆਂ ਨੇ। ਮਲੂਕਾ ਸਾਹਿਬ ਜਿਸ ਤਰ੍ਹਾਂ ਮੋਦੀ ਸਾਹਿਬ ਦੇ ਜਾਂ ਭਾਰਤੀ ਜਨਤਾ ਪਾਰਟੀ ਦਾ ਗੁਣਗਾਨ ਕਰਦੇ ਰਹੇ ਨੇ, ਔਰ ਢੀਂਡਸਾ ਪਰਿਵਾਰ ਤੇ ਇੱਕ ਤਰ੍ਹਾਂ ਆਪਾਂ ਕਹਿਈਏ ਕਿ ਬੀਜੇਪੀ ਦੇ ਨਾਲ ਉਹਨਾਂ ਨੇ ਆਪਣੀਆਂ ਤਾਰਾਂ ਕੱਟੀਆਂ ਹੀ ਨਹੀਂ। ਹਾਂਜੀ, ਤੇ ਬੀਬੀ ਜੀ ਜਿਹੜੇ ਨੇ ਉਹ ਵੀ ਸਾਰਿਆਂ ਦੇ ਸਾਹਮਣੇ ਆ ਕਹਾਣੀਆਂ ਜਿਹੜੀਆਂ ਨੇ, ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਲਾਨਾ ਚੋਣਾਂ ਉਹਨਾਂ ਨੇ ਲੜੀਆਂ ਸੀਗੀਆਂ। ਇਸ ਤਰ੍ਹਾਂ ਹੀ ਹੋਰ ਜਿਹੜੇ ਕਈ ਸੱਜਣ ਨੇ, ਤੇ ਹੁਣ ਉਹ ਅਜਿਹਾ ਕਦਮ ਚੁੱਕਦੇ ਨੇ ਕਿ ਕਹਿਣ ਕਿ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਆ, ਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੀ ਗੱਲ ਜਿਹੜੀ ਹੁੰਦੀ ਹੈ, ਤੇ ਭਾਵੇਂ ਜੋ ਮਰਜ਼ੀ ਹਾਲਾਤ ਹੋਵੇ, ਡਟ ਕੇ ਆਪਦਾ ਕੰਮ ਕਰੋ, ਉਹ ਤਾਂ ਮਜ਼ਬੂਤੀ ਹੁੰਦੀ ਹੈ। ਤੁਸੀਂ ਚੱਕ ਕੇ ਹੋਰ ਨਵੀਆਂ ਤੋਂ ਨਵੀਆਂ ਕਹਾਣੀਆਂ ਖੜੀਆਂ ਕਰੋ ਪਾਰਟੀ ਦੇ, ਪਾਰਟੀ ਪ੍ਰਧਾਨ ਦੇ ਉੱਤੇ, ਤੇ ਫਿਰ ਤੁਹਾਨੂੰ ਮਜ਼ਬੂਤੀ ਕਰ ਰਹੇ ਹਾਂ, ਤੇ ਫਿਰ ਤੁਸੀਂ ਦੇਖੋ ਪਾਰਟੀ ਅੱਜ ਸਮੁੱਚੇ ਰੂਪ ਚ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਮੇਟੀ ਹੈ, ਉਹ ਸਾਰੇ ਅੱਜ ਸਤਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਉਹਨਾਂ ਦੀ ਅਗਵਾਈ ਇਹਨੂੰ ਕਬੂਲਦੇ ਹੋਏ, ਉਹਨਾਂ ਦੀ ਅਗਵਾਈ ਜੋ ਉਹਨਾਂ ਨੇ ਦਿੱਤੀ ਹੈ ਉਹਦੀ ਪ੍ਰਸ਼ੰਸਾ ਕਰਦੇ ਹੋਏ ਜਿਹੜੇ ਸਾਰੇ ਅੱਜ ਇੱਕ ਮੁੱਠ ਠੀਕ ਹੈਗੇ। ਅੱਜ ਹਾਲਾਤ ਨੇ, ਹਾਲਾਤ ਠੀਕ ਹੁੰਦੇ ਨਹੀਂ ਹੁੰਦੇ ਜਿਸ ਤੱਕ ਵੋਟਰ ਦਾ ਅੱਜ ਕੱਲ੍ਹ ਸਵਾਲ ਹੈ। ਵੋਟਰ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਤੇ ਸੰਗਰੂਰ ਚ 9 ਦੇ 9 ਵਿਧਾਇਕ ਜਿਹੜੇ ਉਹਨਾਂ ਦੇ ਬਣੇ ਸੀ, ਕੋਈ 30,000 ਤੇ ਕੋਈ 40,000 ਤੇ ਕੋਈ ਜਿੱਤੇ ਸੀਗੇ, ਤੇ ਜੂਨ ਮਹੀਨੇ ਚ ਮਾਰਚ ਚ ਸਰਕਾਰ ਬਣਦੀ ਹੈ, ਤੇ ਜੂਨ ਦੇ ਵਿੱਚ ਜਿਮਨੀ ਚੋਣ ਹੁੰਦੀ ਹੈ ਲੋਕ ਸਭਾ ਦੀ, ਤੇ ਸਰਦਾਰ ਸਿਮਰਜੀਤ ਸਿੰਘ ਮਾਨ ਉੱਥੇ ਜਿੱਤ ਜਾਂਦੇ ਨੇ, ਤੇ 1.5 ਸਾਲ ਹੋਇਆ ਉਸ ਚੋਣ ਲੰਘੀ ਨੂੰ, ਤੇ ਸਰਦਾਰ ਸਿਮਰਜੀਤ ਸਿੰਘ ਮਾਨ ਹੁਣ 3 ਨੰਬਰ ਤੇ ਚਲੇ ਗਏ ਆ। ਇਹ ਤਰ੍ਹਾਂ ਦੀਆਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ। ਠੀਕ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮੱਠਾ ਹੁੰਗਾਰਾ ਮਿਲਿਆ ਆ, ਪਰ ਇਹਨਾਂ ਗੱਲਾਂ ਦੇ ਨਾਲ ਨਾ ਕਿਸੇ ਨੂੰ ਦਿਲ ਛੱਡਣੇ ਚਾਹੀਦੇ, ਆਪਦੇ ਸਿਧਾਂਤ ਤੇ, ਆਪਦੇ ਅਕੀਦੇ ਤੇ, ਆਪਦੀ ਸੋਚ ਤੇ, ਆਪਦੇ ਫਰਜ਼ ਦੇ ਉੱਤੇ ਪਹਿਰਾ ਦਿੰਦੇ ਰਹਿਣਾ ਚਾਹੀਦਾ। ਰਾਸ਼ਟਰੀ ਸੱਤਾ ਜਿਹੜੀ ਹੈ, ਠੀਕ ਹੈ ਕਿ ਬੜੀ ਜ਼ਰੂਰੀ ਹੈ, ਸਿੱਖ ਵਾਸਤੇ ਜ਼ਰੂਰੀ ਹੈ, ਕੌਮ ਵਾਸਤੇ ਜ਼ਰੂਰੀ ਹੈ, ਸਾਡੀ ਕੌਮ ਦੀ ਬਿਹਤਰੀ, ਪੰਜਾਬ ਦੀ ਬਿਹਤਰੀ ਵਾਸਤੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਉਹਦੇ ਵਾਸਤੇ ਰਾਜਨੀਤਿਕ ਸ਼ਕਤੀ ਜਿਹੜੀ ਬਹੁਤ ਜ਼ਰੂਰੀ ਹੈ। ਪਰ ਇਹ ਨਹੀਂ ਹੈ ਕਿ ਰਾਜਨੀਤਿਕ ਸ਼ਕਤੀ ਨਹੀਂ ਮਿਲਦੀ ਤੇ ਅਸੀਂ ਕੋਈ ਮਰਤ ਲਏ ਜੀ। ਹਾਂ, ਰੱਬ ਦੇ ਦੂੰਗਾ, ਤੁਸੀਂ ਆਪਦਾ ਆਪਦਾ ਸੱਚਾਈ ਨਾਲ ਇੱਕ ਰਸਤੇ ਤੇ ਤੁਰੀ ਜਾਓ ਤੇ ਆਪਣੇ ਵਾਹਿਗੁਰੂ ਕਿਰਪਾ ਕਰੂਗਾ। ਵੋਲਟਾ ਸਾਹਿਬ, ਇੱਕ ਹੋਰ ਸਵਾਲ ਹੈ, ਜਿਵੇਂ ਕਹਿੰਦੇ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦਿੱਤਾ, ਤੁਹਾਨੂੰ ਲੱਗਦਾ ਵੀ ਸੁਖਬੀਰ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਵਿੱਚ ਹੋਰ ਕੋਈ ਐਡਾ ਵੱਡਾ ਲੀਡਰ ਹੈ ਜੋ ਪਾਰਟੀ ਖਿੱਚ ਸਕਦਾ ਜੀ, ਮਜ਼ਬੂਤੀ ਤੇ ਲੈ ਕੇ ਜਾ ਸਕਦਾ ਜੀ, ਜੇ ਆਪਾਂ ਉਹ ਪੱਖ ਨੂੰ ਦੇਖਦੇ ਜੀ? ਅਸੀਂ ਤੇ ਦੇਖੋ, ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜੀ ਕੈਂਸ ਕੈਂਸ ਦੀ ਚੱਲਦੀ ਸੀ, ਉਹਨਾਂ ਨੂੰ ਸਿੱਧਾ ਕਿਹਾ ਸੀ ਕਿ ਲਿਆਓ ਜੀ ਮੈਂ ਦੇਣਾ ਅਸਤੀਫਾ ਜੀ, ਤੇ ਸਾਰੀ ਪਾਰਟੀ ਖੜੀ ਹੋ ਗਈ, ਨਹੀਂ ਜੀ ਮਤਲਬ ਹੀ ਨਹੀਂ। ਹੁਣ ਗੱਲ ਤੇ ਸਭ ਤੋਂ ਵੱਡੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵਿੱਚ ਕਮੀ ਤੇ ਕੱਢੋ, ਕੋਈ ਉਹਦੀ ਮਿਹਨਤ ਚ, ਕੋਈ ਉਹਦੀ ਦ੍ਰਿੜਤਾ ਦੇ ਵਿੱਚ, ਕੋਈ ਉਹਦੀ ਨਿਰਤਾ ਦੇ ਵਿੱਚ, ਕੋਈ ਉਹਦੀ ਅਗਵਾਈ ਦੇ ਵਿੱਚ, ਔਰ ਵੱਡੇ ਵੱਡੇ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਅੱਗੇ ਝੁੱਕ ਗਏ ਨੇ। ਸੁਖਬੀਰ ਸਿੰਘ ਬਾਦਲ ਜਿਹੜਾ ਹਿੰਦੁਸਤਾਨ ਦੇ ਸਾਹਮਣੇ ਖੜੋਤਾ ਵੀ ਆ ਖੜੋਤਾ ਜੇ ਜੋ ਗੱਲ ਕਰਨਾ ਜੀ ਕਰ ਲਓ, ਉਹਦੇ ਬਾਵਜੂਦ ਤੁਸੀਂ ਇਸ ਪ੍ਰਧਾਨ ਦੇ ਉੱਤੇ ਸਵਾਲ ਉਠਾਓ, ਤੇ ਦੂਸਰੀ ਗੱਲ ਕਿ ਜੇ ਕਿਸੇ ਨੂੰ ਜੇ ਇਹੋ ਜਿਹਾ ਕੋਈ ਪੁੱਛੀਏ ਕਿ ਹਾਂਜੀ ਸਰ ਸੁਖਬੀਰ ਸਿੰਘ ਬਾਦਲ ਨੇ ਤੇ ਇੱਥੋਂ ਬਿਹਤਰ ਪ੍ਰਧਾਨ ਕਿਹੜਾ ਆ, ਹੈ ਵੀ ਕੋਈ ਨੀ। ਹੁਣ ਕਦੀ ਬਾਬਾ ਸੇਵਾ ਸਿੰਘ ਵੱਲ ਨੂੰ ਤੁਰ ਪੈਂਦੇ ਆ, ਕਦੀ ਉਹ ਗਿਆਨੀ ਹਰਪ੍ਰੀਤ ਸਿੰਘ ਵੱਲ ਨੂੰ ਤੁਰ ਪੈਂਦੇ ਆ, ਪਤਾ ਨੀ ਹੋਰ ਕਿਹੜੇ ਕਿਹੜੇ ਵਾਲੇ ਪਾਸੇ ਨੂੰ ਤੁਰ ਪੈਂਦੀ, ਕਦੀ ਇਸ ਤਰ੍ਹਾਂ ਪ੍ਰਧਾਨ ਲੱਭਦੇ? ਹਾਂਜੀ ਜੀ, ਪ੍ਰਧਾਨ ਤੁਹਾਡੇ ਕੋਲ ਹੈ ਨੀ, ਤੇ ਪ੍ਰਧਾਨ ਦੇ ਤੁਸੀਂ ਸਵਾਲ ਉਠਾ ਕੇ ਕਦੀ ਕਿਸੇ ਦੇ ਜਾ ਕੇ ਦਰਤੇ ਪੈਂਦੀ ਜੀ, ਕਦੀ ਕਿਸੇ ਦੇ ਦਰ ਜਾ ਕੇ ਦਰਤੇ ਪੈਂਦੀ ਜੀ, ਇਸ ਤਰ੍ਹਾਂ ਦੀ ਗੱਲਾਂ ਚੱਲਦੀਆਂ ਜੀ।
ਸੋਲਟਾ ਸਾਹਿਬ, ਮੇਰਾ ਆਖਰੀ ਸਵਾਲ ਹੈ, ਜਿਵੇਂ ਬਿਕਰਮ ਸਿੰਘ ਮਜੀਠੀਆ ਵੱਡੇ ਮੁੱਦੇ ਚੱਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ, ਪਰ ਅੱਜ ਕੱਲ੍ਹ ਕਿਤੇ ਨਾ ਕਿਤੇ ਚੁੱਪੀ ਸਾਧੀ ਬੈਠੇ ਨੇ, ਕੀ ਦੇਖਦੇ ਹੋ ਚੁੱਪੀ ਨੂੰ ਲੈ ਕੇ ਜੀ, ਵੀ ਕਿਉਂ ਚੁੱਪਣੇ ਜੀ? ਨਹੀਂ, ਚੁੱਪੀ ਵਾਲੀ ਗੱਲ ਤਾਂ ਕੋਈ ਨੀ ਹੈਗੀ, ਉਹਨਾਂ ਦੇ ਤੁਸੀਂ ਦੇਖੋਗੇ ਉਹਨਾਂ ਦੇ ਟਵੀਟ ਆ ਰਹੇ ਨੇ, ਉਹਨਾਂ ਦੇ ਜਿਹੜੇ ਆ ਸੋਸ਼ਲ ਮੀਡੀਆ ਤੇ ਆਵਾਜ਼ ਦੇ ਪੂਰੇ ਸਰਗਰਮ ਨੇ, ਜਿੱਥੇ ਜਿੱਥੇ ਉਹ ਮਸਲੇ ਉਠਾਉਂਦੇ, ਠੀਕ ਹੈ ਕਿ ਉਹਨਾਂ ਦੇ ਕੁਛ ਬੱਚਿਆਂ ਨੂੰ ਲੈ ਕੇ ਜਿਹੜੀ ਆ ਸਕੂਲਿੰਗ ਨੂੰ ਲੈ ਕੇ ਕੁਛ ਹੈਗੇ ਸੀ, ਇਸ ਕਰਕੇ ਜਿਹੜਾ ਥੋੜਾ ਬਹੁਤ ਰਹੇ ਨੇ, ਬਾਕੀ ਤੇ ਡਟ ਕੇ ਪਾਰਟੀ ਦੇ ਨਾਲ, ਪਾਰਟੀ ਨੂੰ ਉਹਨਾਂ ਦੇ ਉੱਤੇ ਬਹੁਤ ਵੱਡਾ ਮਾਣ ਹੈ, ਮੇਰੇ ਤੋਂ ਸਭ ਤੋਂ ਨਜ਼ਦੀਕੀਆਂ ਚੋਂ ਇੱਕ ਨੇ। ਜੀ ਜੀ, ਸ਼ੁਕਰੀਆ ਜੀ। ਸੋ ਲੋਕਾਂ ਦੇ ਕਾਫੀ ਸਵਾਲ ਸੀ ਵੀ ਬਿਕਰਮ ਸਿੰਘ ਮਜੀਠੀਆ ਜਿੱਥੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਚੁੱਕਦੇ ਨੇ, ਪਾਰਟੀ ਨੂੰ ਸਾਂਭਦੇ ਨੇ, ਤੇ ਉਹ ਕਿਤੇ ਨਾ ਕਿਤੇ ਚੁੱਪੀ ਸਾਧੀ ਬੈਠੇ, ਜਿਵੇਂ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਵੀ ਆਪਣੇ ਰੁਝੇਵਿਆਂ ਦੇ ਵਿੱਚ, ਬੱਚਿਆਂ ਦੇ ਵਿੱਚ ਰੁੱਝੇ ਹੋਏ ਨੇ, ਹਾਲਾਂਕਿ ਉਹ ਟਵੀਟ ਦੇ ਉੱਤੇ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਨੇ। ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂ, ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ਼। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।